ਤੁਸੀਂ ਪਾਣੀਆਂ ਵਿੱਚ ਆ ਕੋਈ ਚੀਜ਼ ਨਜ਼ਰ 'ਚ ਨਹੀਂ ਹੁੰਦੀ ਹੈ। ਖਾਣ ਅਜ਼ਰਤ ਕੱਢੀ ਹੋਈ ਜੀ ਥੂਮ ਸੋਨਾ ਉਹਨਾਂ ਕਿਧਰਾਂ ਕਿ ਨਿਕਲਸੀ ਆ। ਜ਼ਹਿਰ ਮੰਗਲਾ ਡੇਮ 'ਚ ਕਾਫੀ ਸੋਨਾ ਵਗੈਰਾ ਵੀ ਆਇਆ, ਤਾਂ ਸੋਨਾ ਕੋਸ਼ਿਸ਼ ਕਰਨਾ ਬੰਦਾ ਹਰ ਕਿ ਮਿਕੀ ਲੱਭਾ ਇਹ ਸੋਨਾ ਮਾੜਾ ਆ। ਜੀ ਮਾੜੇ ਦੋਸਤੋ ਅਸਲਾਮ ਵਾਲੀਕੁਮ ਕਰਨਾ, ਸਾਰੀ ਠੱਗ ਸੋ ਖੁਸ਼ ਬਾਸ਼ ਸੋ ਤਾਲਾ ਨਹੀਂ ਹਿੱਜੋ ਅਮਾਨ ਚ ਸੋ। ਮੈਂ ਰਾਸ਼ਿਸ਼ ਵੀ ਸਦਾ ਕੀ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ ਅਸਾਂ ਖਿਦਮਤ ਜਾਂ ਫਿਰ ਅੱਜ ਨੇ ਜੇਕਰ ਨਵੀਂ ਵੀਡੀਓ ਘੰਟਾ ਇਸ ਵੇਲੇ ਮੈਂ ਜਾਂ ਮੌਜੂਦ ਹਾਂ ਜੀ ਉਹ ਸਾਂ ਤਾਂ ਖਿੱਚ ਸਕਦੇ ਹੋ ਪਾਣੀਆਂ ਨੇ ਕਿਨਾਰਾ ਮੌਜੂਦ ਹਾਂ। ਅੱਜ ਤੁਹਾਨੂੰ ਅਗਰ ਪਾਣੀ ਤੱਕੋ ਹੈ ਤਾਂ ਪਾਣੀ ਜਿਹੜਾ ਹੈ ਜੀ ਉਹ ਪੁਰ ਸਕੂਨ ਹੈ। ਅੱਜ ਦਿਹਾੜਾ ਹੈ ਜੀ ਉਹ ਕਿਹੜਾ ਆ, ਮੱਛੀ ਖਾਣੇ ਵਾਲਾ, ਯਾਨੀ ਕਿ ਮੱਛੀ ਪੋੜੋ ਤਾਂ ਮੱਛੀ ਖਾਓ। ਐਸਾ ਤੱਕੋ ਜੀ ਇਹ ਤਾਂ ਮੱਛੀ ਖਾਈ ਰਹੀ ਮੈਂ ਹੀ ਗਿਆ ਖਾਣੇ ਸਾ, ਤਾਂ ਚਲੋ ਮੈਂ ਵੀ ਪੁੱਛੀ ਆਇਆ ਤਾਂ ਅੱਜ ਸਾਗੀ ਮੱਛੀ ਪਕਾਈ ਤਾਂ ਖਵਾਸਾਂ ਤਾਂ ਪੌੜੀ ਤਾਂ ਵੀ ਦੱਸਾਂ ਕਿ ਕਿਸਾ ਮੱਛੀ ਪੌੜੀ ਆ। ਐਸਾ ਤਾਂ ਕੋਲ ਸਾਡਾ ਲਾਲਾ ਇਹ ਪਰੇਸ਼ਾਨ ਬੈਠਾ ਹੋਇਆ। ਅਸਲਾਮ ਵਾਲੇਕੁਮ ਖਾਨ ਸਾਹਿਬ, ਕੀ ਹਾਲ ਹੈ? ਖਮੋਸ਼ ਹੈ, ਮੱਛੀ ਨਹੀਂ ਲੱਗ ਰਿਹਾ। ਓ ਹੋ, ਕੁੰਡੀ ਤੋਂ ਡਾਲਾ ਹੋਇਆ ਬਹੁਤ ਪਰ ਮੱਛੀ ਨਹੀਂ ਲੱਗ ਰਿਹਾ। ਓ ਹਾ, ਅੱਲਾ ਦੇਗਾ, ਆਪਕੋ ਪਰੇਸ਼ਾਨ ਹੋਣੇ ਕੀ ਜ਼ਰੂਰਤ ਹੀ ਨਹੀਂ ਹੈ। ਕਿਆ ਨਾਮ ਹੈ? ਆਪਕੋ ਨਾਮ ਹੀ ਨਹੀਂ ਪਤਾ ਆਪਕਾ? ਓ ਹੋ, ਇਨਕੋ ਨਾਮ ਹੀ ਭੁੱਲ ਗਿਆ ਜੀ, ਕਿਆ ਕੀਆ ਜਾਏ। ਆਪ ਇਨਕੀ ਕੋਈ ਜ਼ੁਬਾਨ ਥੋੜ੍ਹੀ ਸੀ ਖੁੱਲੀ ਆ ਮੱਛੀ ਕਾ ਨਾਮ ਸੁਣ ਕੇ। ਅੱਜ ਡੈਮ ਨੇ ਗਏ ਕਿਨਾਰੇ ਸਾਂ ਆਏ ਹਾਂ ਜੀ, ਇੱਥੇ ਜਿਹੜਾ ਸਿਸਟਮ ਹੈ ਨਾ ਜੀ, ਅੱਜ ਮੱਛੀਆਂ ਵਾਲਾ ਆ। ਆਸਾਂ ਤੱਕ ਸਾਡੇ ਪਾਪਾ ਹੋਰ ਵੀ ਇੱਥੇ ਆ ਗਏ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ, ਕੀ ਹਾਲ ਆ ਪਾਪਾ ਜੀ? ਠੀਕ ਠੀਕ ਹੋ? ਕਿਆ ਨਾਮ ਵਾਲੇ ਪਾਪੇ ਨਾ? ਨਜ਼ਾਕਤ ਹੁਸੈਨ। ਨਜ਼ਾਕਤ ਹੁਸੈਨ, ਕਿਹ ਜਾਸੂ? ਅਸਾਂ ਆਏ ਹਾਂ ਜਨਾਬ ਦਦਿਆਲ ਜ਼ਮਾਨ ਚੌਕ। ਡਿਡਿਆ ਜ਼ਮਾਨ ਚੌਕ ਸੂ? ਇਹ ਇਲਾਕਾ ਸਿੰਘ ਕੋਲ ਪੈਣਾ ਯਾ ਨਜ਼ਦੀਕ ਹੀ ਹੈ? ਚਾਚਾ ਕਿਹੜਾ ਲਾਏ ਸੋ? ਘੰਟੇ ਕੋਈ ਲੱਗੀ ਆ ਮੱਛੀ ਛੱਛੀ ਕੋਣੀ? ਨਾ ਜੀ, ਕੋਈ ਜੇ ਡੱਬੇ ਲਾਏ, ਕੋਈ ਚਾਲ ਸਲ ਨਹੀਂ ਹੋਈ ਹੈ, ਪਰੇਸ਼ਾਨ ਬੈਠੇ ਹੋਏ ਆ, ਕੋਈ ਮੱਛੀ ਨਹੀਂ ਲਈ। ਅੱਛਾ, ਅੱਜ ਪਹਿਲਾ ਦਿਹਾੜਾ ਆ ਜਾਂ ਅੱਗੇ ਵਿਛਣੇ ਲੇਵੇ? ਅੱਗੇ ਵਿਛਣੇ ਰਿਹਾ, ਖੰਡੇ ਰਿਹਾ, ਕੋਈ ਇੱਕ ਦੋ ਲੱਭੜੀ ਖੰਡੇ ਰਿਹਾ, ਅੱਜ ਕੋਈ ਨਹੀਂ, ਅੱਜ ਦਿਸਣੀ ਘਰੇ ਉਹ ਖਾਣੀ ਪੈਸੀ। ਇਹ ਸਹੀ ਗੱਲ, ਬਾਕੀ ਮੰਗਲਾ ਡੈਮ ਕਿਹੜੀ ਮੱਛੀ ਆਈ ਵੀ ਹੈ? ਮੱਛੀਆਂ ਸਭ ਹਰ ਰੰਗ ਦੀ ਮੱਛੀ ਹੈ। ਮੈਂ ਸੁਣਤਾ ਕੋਈ ਸੱਪਲ ਹੀ ਲੱਗੀ ਰਹੀ ਆ ਉਹਦੀ। ਸੱਪਲ ਲੱਗੇ ਨਾ, ਉਹ ਪਠਾਨ ਬੈਠੇ ਆ, ਪਰ ਉਸ ਅੱਛਾ ਦੋ ਤਰੇ ਠੀਕ ਅਸਾਂ ਕਿਹਾ ਗਾ ਤਾਂ ਘੈਤ ਨੇ ਤੇ ਲੰਮੇ ਨੇ ਐਡੇ ਮੋਟੇ ਨੇ, ਉਹ ਖਾਣੇ ਲਈ ਹੋਣੀ ਆ। ਹਾਂ, ਸੱਪਲ ਖਾਣੇ, ਸੱਪਲ ਸਿੰਘਾ ਰਾਣਾ ਨੇ ਲੱਕੇ ਦਰਦ ਨਹੀਂ ਹੋਣਾ ਗਾ ਪਤਾ। ਤਾਂ ਜਿਸ ਨੂੰ ਲੱਗ ਪਹਿਲੇ ਫਿੱਟ ਹੋਇਆ ਤਾਂ ਪਹਿਲੇ ਫਿੱਟ ਹੋਇਆ ਤਾਂ ਫਿਰ ਚੰਗਾ ਹੋਰ ਹੀਟ ਹੋਈ ਜਾਏ। ਬਾਕੀ ਉਸ ਸੁਣਾਓ ਕਿ ਪਾਣੀ ਕਿਸ ਸਪੀਡ ਨਾਲ ਚੜੀ ਰਿਹਾ? ਪਰ ਪਾਣੀ ਤੱਕੋ ਜੀ ਰੋਜ਼ ਨਾਲੇ 4 ਫੁੱਟ ਉੱਪਰ ਉਛਣਾ ਹੈ ਕਿਆ ਪਤਾ ਹੁਣ ਬਾਣੇ ਲੋਕ ਸਿਆਣੇ 4 ਫੁੱਟ ਸਮਝ ਉਛਣੇ ਨਾ ਸਮਝ ਪਤਾ ਉਸ ਅੰਦਾਜ਼ਾ ਉਸ ਦਾ ਕਦਾ ਦਿਆਲ ਲਾਉਣੇ ਆ ਕੁਰਾ ਰੋਟੀ ਪਕਾਉਣ ਜਾਣੇ ਆ ਕਿਆ ਸ਼ਾਦੀਆਂ ਵੀ ਕੋਈ ਹੁਣ ਮਰਮ ਸ਼ੁਰੂ ਹੋਏਗੀ ਹੁਣ ਖਤਮ ਜ਼ਰੂਰ ਦੀ ਹੈ ਕੋਈ ਬਸ। ਅੱਛਾ, ਦੇਗਾ ਪਕਾਣੇ ਵੈ? ਨਾ ਦੇਗਾ ਨਾ ਕੰਮ ਕਰਨੇ ਆ ਰੋਟੀ ਨਾ ਵੀ। ਕਦਾ ਐਸਾ ਹੋਇਆ ਹੋਇਆ ਚਾਚਾ ਕਿ ਤੁਸੀਂ ਮੱਛੀ ਨਹੀਂ ਦੇਗ ਪਕਾਈ ਹੋਇਆ? ਮੱਛੀ ਤੱਲੀ ਬਹੁ ਹੈ ਜੀ, ਇੱਕ ਚੌਕੀ ਸਮਾਣੀ ਗਿਆ ਸਾਂ ਇੱਕ ਸਾਲ ਠੀਕ ਹੈ, ਉੱਥੇ ਸਾਂ 40 ਮਣ ਮੱਛੀ ਤੱਲੀ ਹੈ, ਉਹ ਦੋ ਹੀ ਮੱਛੀ ਸੀ ਕੰਡੇ ਤੋਂ ਬਗੈਰ। ਸਹੀ ਗਾ, ਉਹ ਜਿਹੜੀ ਲੱਭਣੀ ਹੈ ਫਾਰਮੀ ਹਾਊਸ। ਤਾਂ ਮੰਗਲਾ ਡੈਮ ਦੀ ਮੱਛੀ ਕੈਸੀ ਹੋਣੀ ਹੈ? ਮੰਗਲਾ ਡੈਮ ਦੀ ਮੱਛੀ ਦੇਸੀ ਜਿਹੜੀ ਹੈ ਦੇਸੀ ਹੀ ਹੋਣੀ ਹੈ, ਅਸੀਂ ਪਤਾ ਜ਼ਹਿਰ ਆਟਾ ਦੇ ਸਵਾਦ ਜਿਹੜਾ ਦੇਸੀ ਹੈ ਉਹ ਬਾਜ਼ਾਰੀ ਨਾ ਤਾਂ ਨਹੀਂ ਨਾ ਜੀ। ਠੀਕ ਹੈ ਜੀ, ਅਸਾਂ ਤੱਕਿਆ ਪਾਪਾ ਹੋਰ ਫਰਮਾਈ ਰਹੇ ਮੱਛੀ ਦੀ ਨਾ ਕਾਫੀ ਤਾਰੀਫ ਕੀਤੀ ਆ ਕਿ ਮੰਗਲਾ ਡੈਮ ਜਿਹੜੀ ਮੱਛੀ ਆਇਆ ਜੀ ਉਹ ਹੈ ਜੀ ਮੱਛੀ ਕੁਦਰੂ ਵੀ ਨਹੀਂ ਲੱਭਣੀ ਹੈ। ਤਾਂ ਬਾਕੀ ਉਹ ਸਾਂ ਪਾਰ ਤੱਕਣੇ ਉਸ ਹੈ ਲਾਲੇ ਛਾਲੇ ਵੀ ਆਇਓ ਜੀ, ਉੱਥੇ ਵੀ ਉਹ ਮੱਛੀਆਂ ਛੱਛਾਂ ਪੌੜੀ ਦੇ ਪਾਰ ਹੀ ਥੂ ਸਕੋ ਤਾਂ ਮੰਝਾਂ ਵਾਲੇ ਵੀ ਜਣੇ ਆਈ ਗਏ ਮੰਝਾਂ ਛੱਛਾਂ ਕਿਨੀ ਤਾਂ ਉਹ ਵੀ ਇੱਥੇ ਹੁਣ ਬਾਸਨ ਆ ਮੰਝਾਂ ਕੀ। ਐ ਮਾੜੇ ਦੋਸਤਾ, ਐ ਮਾੜੇ ਦੋਸਤਾ, ਕੀ ਹਾਲ ਹੈ ਤੁਹਾਡੇ? ਅਸਲਾਮ ਵਾਲੇਕੁਮ। ਕੀ ਹਾਲ ਹੈ? ਠੀਕ ਠਾਕ। ਕਿਆ ਨਾਮ ਹੈ ਮਾੜੇ ਪ੍ਰਾਹੁਣਾ? ਕਿਆ ਨਾਮ ਹੈ ਮਾੜੇ ਪ੍ਰਾਹੁਣਾ? ਰੱਬ ਤਾਂ ਨਵਾਜ਼ ਜੀ। ਕਿੱਥੇ ਚੁੱਲੇ ਹੋ? ਡੈਮ ਪਰ। ਡੈਮ ਹੀ ਜਾਣਾ ਪਿੱਛੇ, ਤਾਂ ਇੱਧਰ ਕਿੱਥੇ ਚੁੱਲੇ ਹੋ? ਪਿਛਲੀ ਵਾਰੀ ਆਇਆ ਮੀ ਲੱਭੀ ਸੀ ਸੋਨੇ ਨੀ ਇੱਟ ਸਹੀ ਲੱਭੀ ਕੋਣੀ? ਸਹੀ ਲੱਭਣੀ ਕੋਣੀ ਇੱਟ? ਮੰਗਲਾ ਡੈਮ ਨੇ ਇਹ ਆਈ ਜਾਓ ਤਾਂ ਇੱਥੇ ਨੇ ਅੱਜ ਕੱਲ੍ਹ ਜਿਹੜੇ ਵਿਊ ਲੱਭਣੇ ਜੀ ਉਹ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਲੱਭਣੇ ਪਾਣੀਆਂ ਨਾਲ ਦੇਸੀ ਮਾਹੌਲ। ਇਹ ਬੈਕ ਸਾਈਡ ਤੁਸਾਂ ਤੱਕੋ ਹੈ ਤਾਂ ਤੁਸਾਂ ਕਿ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਵਿਊ ਨਜ਼ਰ ਆਈ ਰਹੇ ਸਨ ਜੀ ਡੈਮੇ ਨਾਲ ਭੇਡਾਂ ਮਾਸ਼ਾਅੱਲਾ ਮਾਸ਼ਾਅੱਲਾ। ਇੱਧਰ ਤੁਸਾਂ ਤੱਕੋ ਹੈ ਉੱਧਰ ਪਹਾੜ ਵੀ ਤੁਸਾਂ ਤੱਕੋ ਹੈ
ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਵਿਊ ਹੈ ਜੀ ਇੱਧਰ ਤਾਂ ਅਸੀਂ ਭੇਡਾਂ ਲੈ ਲਏ ਨਜ਼ਰ ਆਈ ਸਨ ਇੱਥੇ ਪਾਸਾਂ ਤੱਕ ਅਸੀਂ ਨਜ਼ਰ ਛੀਆਂ ਸਨ ਮੱਝਾਂ ਤਾਂ ਉਹ ਪਾਸਾਂ ਤੱਕ ਹੈ ਥਨਪਾਲ ਨਹੀਂ ਸੀਗੀ ਟੈਂਕੀ ਨਜ਼ਰ ਛਣੀ ਸੀ ਹੈ ਤਾਂ ਇਹ ਏਰੀਆ ਅਸੀਂ ਨਜ਼ਰ ਛਣਾ ਸੀ ਹੈ ਡੈਮ ਨਾਲ ਇਹਦਾ ਪਾਣੀ ਹੈ ਜੀ ਡੈਮ ਨਾਲ ਉੱਥੇ ਪਾਰ ਸਾਂ ਤੱਕ ਉੱਥੇ ਵੀ ਸੀਗੀ ਨਜ਼ਰ ਅਛਣਾ ਸੀ ਹੈ ਪਾਣੀ ਇੱਥੇ ਗੱਲ ਅੱਗੇ ਲੱਗੇ ਜਾਂ ਸਾਂ ਉੱਥੇ ਬੈਠੇ ਜੀ ਬਗਲੇ ਤਾਂ ਬਗਲਿਆਂ ਦਾ ਜਿਹੜਾ ਵਿਊ ਹੈ ਨਾ ਜੀ ਉਹ ਤਾਂ ਮੈਂ ਹੋਰ ਜ਼ਿਆਦਾ ਖੂਬਸੂਰਤ ਲੱਗਣਾ ਆ ਇਹਨੇ ਡਰਿਆ ਜਾਏ ਤਾਂ ਮੈਂ ਮਾਹੌਲ ਬਣ ਜਾਣਾ ਉਸ ਹੀ ਹੈ ਆਹ ਉੱਡ ਰਹੇ ਆਏ ਪਰ ਉਸ ਤਰ੍ਹਾਂ ਨਹੀਂ ਉੱਡ ਰਹੇ ਜਿਸ ਇਹਨਾਂ ਕਿ ਉੱਡਣਾ ਚਾਹੀਦਾ ਸੀ ਹੈ ਇਹ ਵੀ ਇੱਥੇ ਡੇਮਾਂ ਨੇ ਕਿਨਾਰੇ ਅੱਛਣੇ ਕੀੜੇ ਸ਼ੀਰੇ ਖਾਣੇ ਵਾਸਤੇ ਜ਼ਹਿਰ ਪਾਉਣੀਆਂ ਨਾਲ ਕੀੜੇ ਸ਼ੀਰੇ ਵੀ ਅੱਛਣੇ ਜ਼ਮੀਨਾਂ 'ਚ ਵਿਚਕਲਾਂ ਨਿਕਲੀਆਂ ਉਹ ਖਾਣੇ ਤਾਂ ਆਪਣਾ ਪੇਟ ਭਰਨੇ ਤਾਂ ਬਾਕੀ ਉਹ ਪਾਰ ਸੰਗੀ ਪਿੱਛਾ ਨਜ਼ਰ ਅੱਛਣਾ ਸੀ ਹੈ ਕਬਰਸਤਾਨ ਇਹ ਕਬਰਸਤਾਨ ਜਿਹੜਾ ਹੈ ਜੀ ਬਹੁਤ ਹੀ ਪੁਰਾਣਾ ਔਰ ਕਦੀਮ ਕਬਰਸਤਾਨ ਹੈ ਇਸ ਕਬਰਸਤਾਨੇ ਨਾਲ ਵੀ ਸਵਾਗਤ ਤੱਕ ਹੈ ਤਾਂ ਸੰਗੀ ਨਜ਼ਰ ਅੱਛਣਾ ਸੀ ਆ ਪਾਣੀ ਬੜੀ ਤੇਜ਼ੀ ਨਾਲ ਜਾ ਰਿਹਾ ਜਿੱਥੇ ਹੋਰ ਕਾਫੀ ਕਬਰਸਤਾਨ ਇੱਥੇ ਡੁੱਬ ਗਏ ਤਾਂ ਇਹ ਵੀ ਕਬਰਸਤਾਨ ਕੁਝਾਂ ਦਿਹਾੜੀਆਂ ਨਾਲ ਮਹਿਮਾਨ ਹੈ ਤਾਂ ਹੁਣ ਅਸਾਂ ਕੋਲ ਜੁਲੇ ਹਾਂ ਔਰ ਸੰਗੀ ਚੱਕ ਕਰਾਉਣੇ ਜੀ ਇਸ ਕਬਰਸਤਾਨ ਨਾਲ ਵੀ ਵਿਜ਼ਿਟ ਐਸਾਂ ਤਾਂ ਕੋਈ ਕਬਰਾਂ ਕੁਝਾਂ ਪਰ ਪੜੀਆਂ ਲਈਆਂ ਵਾ ਕੁਝਾਂ ਜਿਹੜੀਆਂ ਪੜੀਆਂ ਹੈ ਨਾ ਜੀ ਉਹ ਅੰਦਰ ਫਿਕਸ ਹੋਈਆਂ ਵਾ ਤਾਂ ਇਹ ਅਸਾਂ ਇੱਕ ਕਬਰ ਨਜ਼ਰ ਛਣੀ ਹੈ ਹੈੱਡ ਮਾਸਟਰ ਰੈਬ ਨਵਾਸ ਵਲਦ ਮਾਸਟਰ ਅਲਾਦਾਰ ਇਹ ਕਿੱਥਾ ਕਬਰ ਹੈ ਉਸਨੇ ਪੜੀ ਛੜੀ ਠੀਕ ਹੈ ਬਾਕੀਆਂ ਨੇ ਪੜੀਆਂ ਛੜੀਆਂ ਜਿਹੜੀਆਂ ਹੈ ਨਾ ਜੀ ਉਹ ਸਾਡਾ ਵੀ ਲੱਗੀਆਂ ਹੋਈਆਂ ਜ਼ਿਆਦਾ ਇੱਥੇ ਲੋਕ ਅੱਛ ਨੇ ਪੜੀਆਂ ਛੜੀਆਂ ਜਿਹੜੀਆਂ ਹੈ ਨਾ ਜੀ ਉਹ ਭੰਨੀ ਉੜਨੇ ਕੁਝ ਕਬਰਾਂ ਉਧਰੀਆਂ ਕੁਝ ਕਬਰਸਤਾਨ ਇੱਧਰ ਵੀ ਹੈ ਕਾਫੀ ਹਾਤਾ ਹੈ ਇਸ ਕਬਰਸਤਾਨ ਤਾਂ ਬਾਕੀ ਅਸਾਂ ਕਿ ਇੱਥੇ ਇੱਕ ਬਹੁਤ ਹੀ ਪੁਰਾਣਾ ਖੂਹ ਨਜ਼ਰ ਆਇਆ ਸੀ ਤਾਂ ਮੈਂ ਚਲੋ ਹੋਰ ਸੰਗੀ ਚੱਕ ਰਹੀ ਰਹਾਂ ਬਾਕੀ ਆਹ ਸੁਣ ਤੱਕ ਸੁਣ ਇੱਥੇ ਵੀ ਜਿਹੜੀਆਂ ਕਬਰਾਂ ਹੈ ਨਾ ਜੀ ਉਹ ਮੌਜੂਦ ਹੀ ਆ ਤਾਂ ਇਹ ਸੁਣ ਤੱਕ ਸਵਾਦ ਸੰਗੀ ਨਜ਼ਰ ਅੱਛੀ ਸੀ ਆ ਦੇਵਾਰ ਅਤੇ ਨਾਲ ਹੀ ਅਸਾਂ ਤੱਕ ਸੋਚ ਸੀਗੀ ਇੱਕ ਖੱਡਾ ਨਜ਼ਰ ਆਈ ਅਸੀਂ ਇੱਥੋਂ ਲੋਕਾਂ ਸ਼ੋਕਾਂ ਇੱਟਾਂ ਸ਼ਿੱਟਾਂ ਕੱਢੀਆਂ ਆ ਔਰ ਉਹਨਾਂ ਆਪਣੇ ਜਿਹੜੇ ਉਹਨਾਂ ਮਕਾਨ ਬਣਾਉਣੇ ਕੰਧਾਂ ਜਿਹੜੀਆਂ ਬਣਾਉਣੀਆਂ ਉਸੀ 'ਚ ਉਹਨਾਂ ਇਸਤੇਮਾਲ ਕੀਤਾ ਹੈ ਮਰਸੋ ਮਰਸੋ ਕੁੱਥੇ ਜੁਲੇ ਹੋ ਖੂਹ ਜੇ ਤੇ ਮਰਸੋ ਉੱਥੇ ਸਭ ਪੁੱਛ ਗਏ ਸਾਰੇ ਭੇਡਾਂ ਤਾਂ ਬਣੀਆਂ ਹੀ ਆ ਕਿਤੇ ਰੱਖੀਆਂ ਭੇਡਾਂ 200 ਗਿਣਤੀ ਪੂਰੀ ਹੈ ਹਾਂ ਤਾਂ ਇੱਧਰ ਉੱਧਰ ਆਇਆ ਪਾਣੀ ਪੀਣਾ ਸਰ ਆਹ ਖੁਰਲੀ ਆ ਅਸੀਂ ਨਾ ਭੇਡਾਂ ਕਿੱਥੇ ਛੋੜੇ ਆ ਖੁਰਲੀ ਪਾਣੀ ਭਰੋ ਨਾ ਤਾਂ ਬਾਕੀ ਆਸਾਂ ਤੱਕ ਜੀ ਖੂਹ ਤਾਂ ਖੂਹ ਵਾਲਾ ਪਾਣੀ ਇਸਾਂ ਤੱਕ ਹੈ ਤਾਂ ਇਸ ਵਾਂਗੀ ਨਜ਼ਰ ਅੱਛਾ ਸੀ ਇਹ ਵੀ ਅੱਪੜ ਆਇਆ ਵਾ ਜੀ ਆਇਆ ਵਾਲਾ ਪਾਣੀ ਬੋਕਾ ਸੱਟੋ ਪਾਣੀ ਕੱਢੋ ਉਹ ਨਿਕਿਆ ਪਿੱਛਾ ਵੀ ਜਾ ਮਰਸੇ ਮੱਥਾ ਲੱਗਸੇ ਮਾਰੇ ਮੈਂ ਕਿੱਥੋਂ ਤੁਸੀਂ ਲੋੜ ਸਾ ਪੂਰਾ ਕਰੀ ਦਾ ਕਹ ਨਹੀਂ ਨੀ ਕਹੀ ਨੀ ਜਾਂ ਕੋਈ ਪਛਤੋ ਸਮਝਣਾ ਹੋਰ ਕੀ ਚੀਜ਼ ਸਮਝਣਾ ਮੇਰੇ ਕੋਲ ਜੀ ਬਾਕੀ ਆਸਾਂ ਤਾਂ ਕੋਈ ਜਿਸ ਸੰਗੀ ਥਾ ਹੋਰ ਕਬਰਾਂ ਵਗੈਰਾ ਨਜ਼ਰ ਛੀਆਂ ਸਨ ਇਹ ਕਬਰਾਂ ਜਿਹੜੀਆਂ ਹੈ ਨਾ ਜੀ ਇਹ ਤਾਂ ਠੀਕ ਹੀ ਆ ਆਸਾਂ ਤਾਂ ਕੋ ਜੀ ਬਹੁਤ ਹੀ ਪੁਰਾਣੀ ਕਬਰ ਮੁਹੰਮਦ ਕਾਸਮ ਵੱਲ ਮੁਹੰਮਦ ਬੂਟਾ ਵਫਾ ਜਿਹੜੀ ਹੋਈ ਨਾ ਜੀ ਉਹ 1950 'ਚ ਹੋਈ ਹੈ ਤਾਂ ਇਹਦਾ ਸਾਨੂੰ ਤੱਕ ਇਹ ਕਬਰਾਂ ਇਹ ਕਬਰਾਂ ਬਹਿ ਗਈਆਂ ਇਸਾ ਤਾਂ ਹੁਣ ਜਾਂ ਪਾਣੀ ਛਣਾ ਪੈਣਾ ਪਾਣੀ ਥੱਪ ਛਣਾ ਤਾਂ ਇਹ ਕਬਰਾਂ ਸੰਗੀ ਦਿਸਣ ਹੀ ਨਹੀਂ ਆਏ ਤਾਂ ਮੱਲੋਂ ਜ਼ਮੀਨੇ ਬਰਾਬਰ ਹੋਣੀਆਂ ਪਈਆਂ ਔਰ ਅੰਦਰ ਜਾਣੀਆਂ ਪਈਆਂ ਜੀ ਕਈਆਂ ਤਾਂ ਕਬਰਾਂ ਨੇ ਥਾਂ ਨਿਸ਼ਾਨਾਤ ਹੀ ਮਿੱਟੀ ਗਏ ਇਹ ਸਾਨੂੰ ਤੱਕ ਇਹ ਸੰਗੀ ਨਜ਼ਰ ਛਣੀ ਸੀ ਹੈ ਇਹ ਕਬਰ ਹੀ ਥਾਂ ਹੋਈ ਸੀ ਹੈ ਇਹ ਹੁਣ ਤੁਸਾਂ ਤੱਕ ਇਹ ਹੁਣ ਅੰਦਰ ਹੋ ਗਿਆ ਉਹ ਪਾਰ ਸਾਂ ਤੱਕਣੇ ਸੋ ਹੈ ਉੱਥੇ ਵੀ ਕੋਈ ਇਸ ਤਰ੍ਹਾਂ ਜਵਾ ਸ਼ਵਾ ਜਿਹੜੀ ਹੈ ਨਾ ਜੀ ਉਹ ਅੰਦਰ ਹੋਈ ਆ ਜ਼ਰਾ ਮੰਗਲਾ ਡੈਮ ਨਾਲ ਪਾਣੀ ਛਣਾਇਆ ਮਹੀਨਾ 2 ਮਹੀਨੇ ਥਾ ਰਹਿਣਾ ਕਬਰਾਂ ਜਿਹੜੀਆਂ ਹੈ ਜੀ ਉਹ ਤਰੱਸੀ ਜਾਣੀਆਂ ਅੰਦਰ ਇਹ ਤਾਂ ਇਸ ਸੰਗੀ ਨਜ਼ਰ ਛਣਾ ਸੀ ਆ ਕਬਰਸਤਾਨ ਇਹ ਕਬਰਸਤਾਨ ਜਿਹੜਾ ਹੈ ਜੀ ਕਾਫੀ ਬੜਾ ਆ ਹਰ ਹੁਣ ਅਸਾਂ ਕਬਰ ਤਾਂ ਨਾ ਚੱਕ ਕਰ ਸਕਦੇ ਹਾਂ ਵਿਊ ਇੱਕ ਅਸਾਂ ਚੱਕ ਕਰ ਹੀ ਸਕਦੇ ਹਾਂ ਕਿ ਉਸ ਨੇ ਪਰ ਸੋਹਣੀ ਨਜ਼ਰ ਪਈ ਜਾ ਉਹ ਸਾਂ ਆਪਣੀਆਂ ਪਿਆਰੀਆਂ ਕਬਰਾਂ ਤੱਕੀ ਕਿਨੋ ਹੈ ਬਾਕੀ ਅਸਾਂ ਦੁਆ ਕਰਨੇ ਇਸ ਕਬਰਸਤਾਨ ਜਿਤਨੇ ਮਤਪੂਰਨ ਅੱਲਾਹ ਤਾਲਾ ਉਹਨਾਂ ਦੀ ਮਗਫਰਤ ਮੈਂ ਉਹਨਾਂ ਨੂੰ ਅਗਲਾ ਜਾਂ ਚੰਗਾ ਕਰਿਆ ਔਰ ਰੋਜ਼ ਕਿਆਮਤ ਸਮਣੀ ਸ਼ਫਾਤ ਨਸੀਬ ਫਰਮਾਇਆ ਆਮੀਨ ਬਗਲੇ ਅਸਾਂ ਜੁ ਜੁ ਕੋਲ ਜਾਣੇ ਨਸਣੇ ਹੀ ਜਾਣੇ ਅਸੀਂ ਕੋਲ ਤਾਂ ਅੱਛਾ ਨਹੀਂ ਦਿੰਦੇ ਕੋਲ ਅੱਛਾ ਨਹੀਂ ਤਾਂ ਵਿਊ ਵੀ ਬਣਨਾ ਔਰ ਮਾਸ਼ਾਅੱਲਾ ਜਿਹਾ ਵਿਊ ਹੈ ਨਾ ਜੀ ਦੇਸੀ ਮੋਰ ਉਹ ਤਾਂ ਬਹੁਤ ਹੀ ਖੂਬਸੂਰਤ ਹੈ ਪਰ ਸਾਡਾ ਬੜੇ ਜਿਹੜੇ ਬਗਲੇ ਬੈਠੇ ਨਾ ਇਹ ਤਾਂ ਮੈਂ ਮਾਸ਼ਾਅੱਲਾ ਮਾਹੌਲ ਹੀ ਬਣਾਈ ਉਹਨੇ ਪਰ ਸੰਗੀ ਅਗਰ ਕੋਲ ਜਾਣ ਦਿੰਦਾ ਕੋਲ ਜਾਣ ਹੀ ਕੌਣ ਦੇਣੇ ਕਹਿ ਕੀਤਾ ਜੇ ਮੈਂ ਹੁਣ ਅਸਾਂ ਵੀ ਪੋੜ ਕੇ ਹੀ ਛੋੜ ਸਕਦੇ ਨਾ ਕਿ ਵੈਸੇ ਨਸਣ ਹੀ ਨਾ ਦੇਣੇ ਉਹ ਕਹਿ ਰਹੇ ਜੀ ਮਾਸ਼ਾਅੱਲਾ 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 ਇਹ ਹੁਸਨ ਕੁੱਥਾ ਲੱਭਸੀ ਅਸਾਂਗੀ ਤੱਕਣੇ ਵਾਸਤੇ ਇਹ ਜਿਹਾ ਖੁਸ਼ਨ ਅਸਾਂਗੇ ਸਿਰਫ ਮੰਗਲਾ ਡੈਮ ਨੇ ਕਿਨਾਰਾ ਲੱਭ ਸਕਣਾ ਹੋਰ ਕੁਦਰਾ ਵੀ ਨਹੀਂ ਲੱਭ ਸਕਣਾ ਹੁਣ ਅਸਾਂ ਦੀ ਕੋਸ਼ਿਸ਼ ਹੈ ਜੀ ਅਸਾਂ ਉਹ ਜਿਹੜੀ ਪਾਰ ਖੁਸ਼ਕੀ ਅਸੀਂ ਨਜ਼ਰ ਆਈ ਰਹੇ ਹਾਂ ਉੱਥੇ ਜੁਲਾਂ
ਉੱਥੇ ਜੇ ਦੱਸੋਗੇ ਇੱਥੇ ਨੇ ਵੀਜ਼ਾ ਚੱਕ ਕਰਾਇਆ ਤਾਂ ਬਾਕੀ ਉਹ ਪਾਸ ਤੱਕ ਇੱਥੇ ਹੋਣਾ ਸੀ ਬਹੁਤ ਬੜਾ ਮੁਹੱਲਾ ਜਿਸ ਦਾ ਨਾਂ ਸੀ ਆ ਜੀ ਪੈਰਸ ਸੁਣਨੇ 'ਚ ਆਇਆ ਮੰਮੀ ਵੀ ਸੁਣਾਉਣ ਨਾਂ ਤਾਂ ਨਹੀਂ ਪਤਾ ਜ਼ਹਿਰਾ ਮੈਂ ਵੀ ਇੱਥੇ ਕਦੇ ਆਇਆ ਨਾ ਤਾਂ ਐਸਾ ਹੀ ਨਿਸ਼ਾਨਾਤ ਵਗੈਰਾ ਨਜ਼ਰ 'ਚ ਨਹੀਂ ਸੁਣੇ ਇੱਟਾਂ ਸ਼ਿੱਟਾਂ ਇੱਥੇ ਪੀਆਂ ਲੋਕਾਂ ਜਿਹੜੇ ਮਕਾਨ ਇੱਥੋਂ ਖੜੇ ਨਾਲ ਸੁਣਾਏ ਮਲਵਾਇਆ ਤਾਂ ਇਹ ਮੰਝ ਜਿਹੜੀ ਹੈ ਜੀ ਪਿੱਛਾ ਜੀ ਨਜ਼ਰ 'ਚ ਆ ਇਹ ਵੀ ਸਵੇਰ ਨਿੱਕੇ ਨਹੀਂ ਆ ਭਾਈ ਨਿੱਕਾ ਆਪੋ ਕਚਰਾ ਚੁਣਨਾ ਮੰਝਾਂ ਭੱਡਾਂ ਸਾਰੀਆਂ ਸਹਿਰੀਆਂ ਹੀ ਆ ਤਾਂ ਹੁਣ ਅਸਾਂ ਇੱਥੇ ਤੱਕਣਾ ਪਿਆ ਜੀ ਕਿ ਅਸਾਂਗੀ ਇੱਥੇ ਮੱਛੀ ਦਾ ਜਾਣਾ ਲੱਭੀ ਜਾ ਕਿ ਮੱਛੀ ਸੱਚੀ ਅਸਾਂ ਕੀ ਪੋਈ ਤਾਂ ਦੱਸਿਆ ਜੀ ਮੱਛੀ ਪੋਈ ਆ ਕਿਸੇ ਅਸਾਂ ਵੀ ਇੱਥੇ ਜਾਇਜ਼ ਸਿੱਖਣੇ ਸਾਂ ਪਰ ਅਸੀਂ ਕੋਈ ਜਾਇਜ਼ ਇੱਥੇ ਦੱਸੀ ਆ ਹਾਲਾਤ ਦੱਸਣੇ ਕੋਈ ਹੁਣ ਅਸਾਂ ਕਲੋਜ਼ ਹੋਣੇ ਜਿਹੜੇ ਆ ਬਿਲਕੁਲ ਪਾਣੀਆਂ ਨੇ ਕੋਲ ਪੁੱਛਣੇ ਪਿਆ ਇੱਕ ਸਾਈਡ ਤੋਂ ਨਜ਼ਰ ਅਸੀਂ ਸੀ ਆ ਖੁਸ਼ਕੀ ਤਾਂ ਦੀ ਸਾਈਡ ਗੱਲ ਸੁਣ ਤੁਸਾਂ ਤੱਕੋ ਹੈ ਤਾਂ ਅਸਾਂ ਕਿ ਇੱਥੇ ਨਜ਼ਰ ਅਸੀਂ ਸੀ ਹੈ ਪਾਣੀ ਹੀ ਪਾਣੀ ਹੋਰ ਕੋਈ ਚੀਜ਼ ਨਜ਼ਰ ਨਾ ਅਸੀਂ ਸੀ ਹੈ ਇੱਥੇ ਬੜੀਆਂ ਜੁੱਤੀਆਂ ਨਾਪੀਆਂ ਪਤਾ ਨਹੀਂ ਕਿਆ ਕਿਆ ਆਇਆ ਵਾ ਗੰਦ ਸਾਫ ਸਾਨੂੰ ਤੱਕੋ ਸਾਡਾ ਇਸ ਵੇਲੇ ਇਕੱਠਾ ਹੋਇਆ ਜਿੱਥੇ ਮੰਗਲਾ ਡੈਮ ਇੱਥੇ ਅੱਛਾ ਆ ਤਾਂ ਆਪਣੇ ਨਾਲ ਬੂ ਕੁਝ ਚੀਜ਼ਾਂ ਵੀ ਲਾਉਣਾ ਜ਼ਿਆਦਾ ਮਲਬਾ ਹੀ ਆਉਣਾ ਆ ਕੋਈ ਕੰਮਾਂ ਦੀ ਚੀਜ਼ ਇੱਥੇ ਲੱਭੀ ਕੋਣੀ ਆ ਜਿੱਥੇ ਉਹ ਮੱਛੀ ਆਉਣਾ ਨਾ ਉੱਥੇ ਨਾਲ ਕਾਫੀ ਮਲਬਾ ਵੀ ਆਉਣਾ ਆ ਤਾਂ ਤੁਸੀਂ ਪਾਣੀਆਂ ਵਿੱਚ ਇਹ ਕੋਈ ਚੀਜ਼ ਨਜ਼ਰ 'ਚ ਨਹੀਂ ਹੁੰਦੀ ਹੈ ਇਹ ਹੁਣ ਪਤਾ ਨਹੀਂ ਕਿਆ ਇੱਥੇ ਮੈਂ ਪਿਛਲੇ ਵਾਰੀ ਆਇਆ ਸਾਂ ਸੈਲਫੀਆਂ ਸ਼ੈਲਫੀਆਂ ਕਿੰਨੀਆਂ ਸਨ ਤਾਂ ਹੁਣ ਇਹ ਪਾਣੀਆਂ ਨੇ ਅੰਦਰ ਆਏਗੀ ਆਉਣ ਨਹੀਂ ਸਰ ਅੰਦਰ ਸੈਲਫੀ ਵਗੈਰਾ ਵੀ ਨਹੀਂ ਕਿੰਨਾ ਆਉਣੀ ਨਾ ਕੁਝ ਸਿਸਟਮ ਹੋਈ ਸਕਣਾ ਬੰਦਾ ਹੁਣ ਇੱਥੇ ਕਿਆ ਕਰਿਆ ਇੱਥੇ ਸਾਂ ਇੱਧਰ ਫਿਰੋ ਹੈ ਤਾਂ ਉਹ ਪਾਓ ਸਾਂ ਤੱਕੋ ਹੈ ਤਾਂ ਦਰਬਾਰ ਦਰਬਾਰ ਵੀ ਪਾਣੀਆਂ ਨੇ ਅੰਦਰ ਡੁੱਬੀ ਚੁੱਕੀ ਆ ਇੱਥੇ ਗੈਸਾਂ ਜਾਓ ਤਾਂ ਐਸਾਂ ਕੀ ਨਜ਼ਰ ਸੁਣਾ ਸੀ ਆ ਪੁਰਾਣਾ ਗਰਾਂ ਥਨਪਾਲ ਪੈਰਸ ਉਹ ਵੀ ਇਸ ਵੇਲੇ ਪਾਣੀਆਂ ਨੇ ਅੰਦਰ ਆਈ ਚੁੱਕਿਆ ਜੀ ਗਰਾਂ ਤਾਂ ਪਹਿਲੀ ਉਜੜੀ ਗਿਆ ਸੀ ਜਿਸ ਮੰਗਲਾ ਡੈਮ ਫੁੱਲ ਚੜਿਆ ਸੀ ਹੈ ਤਾਂ ਹੁਣ ਫਿਰ ਇਹ ਪਾਣੀਆਂ ਨੇ ਅੰਦਰ ਛਣਾ ਪਿਆ ਹੋਰ ਪਤਾ ਨਹੀਂ ਕਿਤਨੀ ਵਾਰੀ ਸੀ ਹੈ ਜਿਸ ਪਾਣੀ ਛਣਾਉਣ ਦਾ ਇਹ ਗਰਾਂ ਜਿਹੜਾ ਹੈ ਨਾ ਜੀ ਪਾਣੀਆਂ ਨੇ ਅੰਦਰ ਜ਼ਰੂਰ ਛਣਾ ਇੱਥੇ ਹੁਣ ਅਸੀਂ ਇੱਥੇ ਜ਼ਿਲ੍ਹੇ ਆਉਣਾ ਇੱਥੇ ਹੋਣੀ ਸੀ ਹੈ ਮਸਜਿਦ ਐਸਾ ਤਾਂ ਕੀ ਕਹਿੰਦਾ ਜੀ ਜਿੱਥੇ ਮਸਜਿਦ ਹੋਣੀ ਸੀ ਹੈ ਇਹ ਜਾਂ ਅਸੀਂ ਮਲਵਾ ਵਗੈਰਾ ਨਜ਼ਰ ਆਈ ਆ ਇਹ ਸਾਰਾ ਮਸਜਿਦ ਨਾ ਆ ਐਸਾ ਤੱਕ ਹੈ ਤਾਂ ਇਹ ਸੰਗੀ ਖੂਹ ਨਜ਼ਰ ਛਣਾਉਣ ਸੀ ਹੈ ਐਸਾ ਤੱਕ ਹੈ ਖੂਹ ਤਾਂ ਬਾਕੀ ਇਹ ਜਿਹੜੀ ਹੈ ਨਾ ਜੀ ਇਹ ਮਸਜਿਦ ਸੀ ਹੈ ਮਸਜਿਦ ਦੀ ਵੀ ਇਸ ਵੇਲੇ ਬਿਲਕੁਲ ਸ਼ਹੀਦ ਹੋ ਚੁੱਕੀ ਆ ਜੀ ਉਹ ਪਾਸਾਂ ਤੱਕ ਸੰਗੀ ਦਰਬਾਰ ਵਗੈਰਾ ਨਜ਼ਰ 'ਚ ਨਹੀਂ ਹੁੰਦੀ ਹੈ ਦਰਬਾਰ ਜਿਹੜੀ ਹੈ ਨਾ ਜੀ ਇਸ ਵੇਲੇ ਦੂਰ ਅੱਗੇ ਸੀ ਸੰਗੀ ਅਸਾਂ ਵੀਡੀਓ ਵਗੈਰਾ ਵੀ ਚੱਕ ਕਰਾਈ ਰਹੇ ਹਾਂ ਤਾਂ ਉਹ ਪਾਸਾਂ ਤੱਕ ਖਾਣ ਹਜ਼ਰਾਤ ਲੱਗੇ ਖੁਦਾਈ ਵਗੈਰਾ ਕਰੀ ਰਹੇ ਪਤਾ ਨਹੀਂ ਸੋਨਾ ਕੱਢੀ ਰਹੇ ਜਾਂ ਕਿਆ ਕਰੀ ਰਹੇ ਉਸ ਥਨਪਾਲ ਵਾਲੀ ਦਰਬਾਰ ਤੋਂ ਅੱਗੇ ਛੋ ਜਾਂ ਗਰਾਂ ਹੈ ਜੀ ਉਸ ਗਰਾਂ 'ਚ ਵੀ ਅਸਾਂ ਕੀ ਇੱਥੇ ਇੱਕ ਦਰਬਾਰ ਨਜ਼ਰ 'ਚ ਨਹੀਂ ਇਸ ਦਰਬਾਰ ਨੂੰ ਬੜੀ ਛੜੀ ਕੌਣ ਲੱਗੀ ਹੈ ਕਿ ਦਰਬਾਰ ਹੈ ਕੁਛ ਨਹੀਂ ਹੈ ਤਾਂ ਬਾਕੀ ਅੱਗੇ ਪਿੱਛੇ ਮਹੱਲਾ ਕਾਫੀ ਬੜਾ ਸੀ ਔਰ ਇਹ ਮਹੱਲੇ ਨੇ ਅੰਦਰ ਜਿਹੜੀ ਹੈ ਜੀ ਉਹ ਦਰਬਾਰ ਸੀ ਇਹ ਮਹੱਲਾ ਤੱਕ ਜਿੰਨੇ 'ਚ ਹੀ ਨਹੀਂ ਛਣਾ ਪਿਆ ਕਿ ਇੱਕ ਤਰ੍ਹਾਂ ਬੜਾ ਮਹੱਲਾ ਸੀ ਹੈ ਬਾਕੀ ਇਹਦੇ ਸਾਈਂ ਤਾਂ ਫਿਰੋ ਹੈ ਤਾਂ ਅੱਗੇ ਪਿੱਛੇ ਸਾਂ ਤੱਕੋ ਹੈ ਬੜਾ ਸਾਂ ਹਾਤਾ ਸੀ ਹੈ ਸਾਂ ਤੱਕੋ ਹੈ ਖਾਣ ਹਜ਼ਰਾਤ ਕੱਢੀ ਰਹੇ ਜੀ ਇੱਥੋਂ ਸੋਨਾ ਸੋਨਾ ਉਹਨਾਂ ਕਿਤਨਾ ਨਿਕਸੀ ਹੈ ਜ਼ਹਿਰ ਮੰਗਲਾ ਡੈਮ 'ਚ ਕਾਫੀ ਸੋਨਾ ਵਗੈਰਾ ਵੀ ਆਇਆ ਤਾਂ ਸੋਨਾ ਕੋਸ਼ਿਸ਼ ਕਰਨਾ ਬੰਦਾ ਹਰ ਕਿ ਮਿਕੀ ਲੱਭਾ ਇਹ ਸੋਨਾ ਮਾੜਾ ਆ ਮੈਂ ਹੀ ਇਸੇ ਕੀ ਖਾਸਾਂ ਔਰ ਕੋਈ ਬੰਦਾ ਇਸੇ ਕੀ ਖੈ ਨਾ ਜਿੱਥੇ ਮੰਗਲਾ ਡੈਮ ਨੇ ਏਰੀਏ ਸੀ ਅਸਾਂ ਭੇਡਾਂ ਚੈੱਕ ਕਰਾਈਆਂ ਸਨ ਉੱਥੇ ਹੀ ਗੱਲ ਸਨ ਤੱਕ ਸਾਨੂੰ ਨਜ਼ਰ ਰੱਖੀਆਂ ਸਨ ਮੰਝਾਂ ਵੀ ਇਹ ਮੰਝਾਂ ਇਸ ਵੇਲੇ ਚੜ੍ਹੀ ਰਹੀਆਂ ਖਾਣਾ ਛਾਣਾ ਖਾਈ ਰਹੀਆਂ ਆ ਇਸ ਤਰ੍ਹਾਂ ਮੰਜੀ ਪਰ ਸਹੀ ਦੁੱਧ ਚੜਿਆ ਹੋਣਾ ਇਹ ਮੰਝ ਹੁਣ ਚੋਣੇ ਵਾਲੀ ਵੀ ਆ ਇਸ ਸਰਦਾਨੀ ਜਿਹੜੀ ਹੈ ਨਾ ਜੀ ਉਹ ਪਹਾੜ ਹੈ ਤਾਂ ਇਹ ਇੱਥੇ ਹੈ ਬਾਕੀ ਉਹ ਨਾਲ ਤੱਕ ਸੋਇਆ ਕੱਟਾ ਤਾਂ ਇੱਧਰ ਵੀ ਕੱਟਾ ਤਾਂ ਉੱਧਰ ਵੀ ਕੱਟੀ ਇਹ ਹੁਣ ਚੜਾ ਛੜਾ ਕਰੀ ਰਹੀਆਂ ਜਿੱਥੇ ਖਾਈ ਪੀ ਰਹੇ ਸਨ ਨਾ ਤਾਂ ਫਿਰ ਪਾਣੀਆਂ ਵਿੱਚ ਲਈਆਂ ਜਸਨ ਉੱਥੇ ਨਹਾ ਸਨ ਧੋ ਸਨ ਜ਼ਰਾ ਫਿਰ ਗਰਮੀ ਸ਼ਰਮੀ ਜਿੱਥੇ ਲੱਗਣੀਆਂ ਨਾ ਇਹ ਫਿਰ ਪਾਣੀਆਂ ਅੰਦਰ ਵੀ ਲੱਗੀ ਜਾਣੀਆਂ ਤਾਂ ਹੁਣ ਅਸੀਂ ਆਪੋ ਇੱਥੇ ਪਾਣੀਆਂ ਦੀ ਜ਼ਰੂਰਤ ਹੈ ਕਿ ਅਸੀਂ ਪਾਣੀ ਵਗੈਰਾ ਲੱਭਿਆ ਪਰ ਇੱਥੇ ਪਾਣੀ ਅਸੀਂ ਕੁੱਥੋਂ ਲੱਭੀ ਅਗਰ ਪਾਣੀ ਲੱਭਸੀ ਨਾ ਤਾਂ ਉਹ ਵੀ ਕਿਹੜਾ ਲੱਭਸੀ ਹੈ ਮੰਗਲਾ ਡੈਮ ਵਾਲਾ ਤਾਂ ਜਿਹੜਾ ਥਿਆ ਜੀ ਕਿਆ ਗੰਦਾ ਪਾਣੀ ਹੈ ਇਹ ਅਸੀਂ ਕੋਈ ਟੈਂਕੀ ਨਜ਼ਰ ਆਈ ਹੈ ਟੈਂਕੀ ਵਿੱਚ ਜੁਲਨੇ ਹਾਂ ਕਿ ਮਤਲਬ ਅਸਾਂ ਕੀ ਲੱਭੀ ਜਾ ਪੀਣੇ ਵਾਸਤੇ ਪਰ ਹਾਲਾਤ ਕੌਣ ਦਿਸੇ ਇਹ ਤਾਂ ਅੰਦਰੋਂ ਹਾਲੀ ਹੈ ਇੱਥੇ ਅਸੀਂ ਕੀ ਕਹਿ ਲੱਭਸੀ ਕੁਝ ਵੀ ਨਹੀਂ ਲੱਭਣਾ ਚਲੋ ਜੀ ਪਰ ਅਸਾਂ ਪਾਣੀ ਤਾਂ ਪੀਣਾ ਹੀ ਆ ਮਤਾ ਕੋਈ ਅੱਲਾ ਨੇਕ ਬੰਦਾ ਲੱਭੀ ਜਾ ਅਸੀਂ ਪਾਣੀ ਪਿਲਾਈ ਵੀ ਰਹਿ ਪਰ ਹਾਲਾਤ ਤਾਂ ਦਿਸੇ ਕੌਣੀ ਹੈ ਇੱਥੇ ਜਿਹੜੇ ਵੀ ਆਏ ਨਾ ਉਹ ਮੱਛੀ ਪੁਣਨੇ ਸਾ ਆਇਆ ਜੀ ਪਾਣੀ ਪਿਲਾਉਣੇ ਸਾ ਕੋਈ ਬੰਦਾ ਨਹੀਂ ਇੱਥੇ ਆਇਆ ਵਾ ਦਾਨੀ ਬਾਈ ਵੀ ਮੁੜੀ ਆਏ ਜੀ
ਟਾਈ ਨਾਣੀਆਂ ਤਾਂ ਹੁਣ ਲੈਲਾਂ ਬਗਣੀਆਂ ਪਿਆ, ਲੈਲਾਂ ਬਗਣੀਆਂ ਪਰਸੀਨਾ ਬਗਣਾ ਪਿਆ। ਡਾਕਟਰ ਸਾਹਿਬ ਇਹ ਤਾਂ ਕੀ ਸੁਣੇ, ਇਹ ਜਿਹੜਾ ਨਾ ਇਹ ਪਰਸੀਨਾ ਵਗੀ ਰਿਹਾ, ਇਹ ਲੈ ਲਾਣੀ ਨੇ। ਇਹ ਯਕੀਨ ਕਰੋ ਇਤਨੀ ਗਰਮੀ ਹੈ, ਇਤਨੀ ਗਰਮੀ ਹੈ, ਬੜੀ ਕੋਸ਼ਿਸ਼ ਕੀਤੀ ਆ ਕਿ ਅਸੀਂ ਕੋ ਕਬਰ ਲਵਾ, ਲੇਕਿਨ ਨਾਕਾਮ ਵਾਪਸ ਅਚਣਾ ਪਈ ਆ, ਕਿਉਂਕਿ ਜਿਸ ਕਬਿਸਤਾਨਾ 'ਚ ਮੈਂ ਸੋਚਿਆ ਸਾ ਇਸ ਕਬਿਸਤਾਨਾ 'ਚ ਅਸੀਂ, ਫਿਰ ਅਸਾਂ ਉਸ ਉੱਧਰ ਗਏ ਹਾਂ, ਉਹ ਪਾਣੀ ਇਤਨਾ ਆਈ ਚੁੱਕਿਆ ਆ ਕਿ ਉੱਥੇ ਪਾਣੀ 'ਚ ਅਸਾਂ ਜਾ ਹੀ ਨਾ ਸਕਦੇ। ਮੈਂ ਸਮਝਿਆ ਅਸਾਂ ਬੜੀ ਕੋਸ਼ਿਸ਼ ਕੀਤੀ ਆ, ਪਾਣੀ ਹੀ ਡੁੱਬਣੇ ਨੇ ਤਾਂ ਨਹੀਂ ਹੋ ਸਕਿਆ। ਬੜੀ ਕੋਸ਼ਿਸ਼ ਕੀਤੀ ਕਿਉਂਕਿ ਥੱਲਾ ਪਤਾ ਹੀ ਨਹੀਂ ਲੱਗਣਾ ਨਾਲਾ, ਉਹ ਭਾਈ ਹੋਰ ਆਉਣੇ ਥੱਲਾ ਨਾਲੇ, ਇਹ ਤਾਂ ਅਸਾਂ ਕਬਿਸਤਾਨ 'ਚ ਲਾਉਣੇ ਲਾਉਣਿਆਂ ਸਾਡਾ ਵੀ ਕੰਮ ਹੋ ਗਿਆ ਨਾਲ। ਲਈ ਛੋੜ ਚੱਕਰ ਕੋਣੀ ਸੀ, ਖੈਰ ਸੀ ਹੈ, ਸਾਰਾ ਭੱਲਾ ਹੋ ਗਿਆ। ਮਤਲਬ ਅਸਾਂ ਵਾਹ ਵੀ ਪਿੱਛਾ ਦੱਸਣ ਜੋਗੇ ਆਇਆ ਸਣਾ ਜੀ, ਦਾਨੀ ਭਾਈ ਗਿਆ ਜੀ, ਤੁਸਾਂ ਵਾਸਤੇ ਰਿਸਕ ਕਿੰਦਾ ਹੈ ਨੇ ਰਿਸਕ ਕਿੰਦਾ। ਚਲੋ ਅਸਾਂ ਇਹ ਕੋਸ਼ਿਸ਼ ਕੀਤੀ ਆ ਕਿ ਜੇ ਸਾਡੀ ਭੈਣ ਨੂੰ ਫਰਮਾਇਸ਼ ਕੀਤੀ ਸੀ ਦੱਸੋ, ਤਾਂ ਅਸਾਂ ਦੱਸਣੇ ਨਹੀਂ, ਬੜੀ ਕੋਸ਼ਿਸ਼ ਕੀਤੀ ਆ, ਲੇਕਿਨ ਪਾਣੀ ਇਤਨੀ ਸਪੀਡ ਨਾਲ ਅੱਛੀ ਰਿਹਾ ਤਾਂ ਵਾਅਦਾ ਕਰਨੇ ਆ, ਅਗਰ ਪਾਣੀ ਜ਼ੱਲੇ ਥਾ ਵਾਪਸ ਫਿਰ ਇਨਸ਼ਾਅੱਲਾ ਅਸਾਂ ਜਿਹੜਾ ਨਾ ਕਬਜ਼ ਕਰਸਾਂ ਤਾਂ ਉਹ ਕਬਰ ਲਾਉਣੇ ਦੀ ਕੋਸ਼ਿਸ਼ ਕਰਸਾਂ। ਅਸਾਂ ਯਾਦ ਰੱਖਸਾਂ ਆਪਣੇ ਇੱਕ ਡਾਇਰੀ ਪਰ ਲਿਖੀ ਗਈ ਸਾਂ, ਨੋਟ ਕਰੀ ਗਏ ਨੋਟ ਕਰੀ ਗਈ ਸਾਂ ਕਿ ਅਸਾਂ ਜਿਹੜਾ ਵੀ ਪਾਣੀ ਲੈਸੀ ਤਾਂ ਇਨਸ਼ਾਅੱਲਾ ਇਹ ਯਾਦ ਦੁਬਾਰਾ ਅਸਾਂ ਵਾਪਸ ਪਾਕਿਸਤਾਨ ਆਜ਼ਾਦ ਹੋਇਆ, ਆਜ਼ਾਦ ਹੋਣ ਤੋਂ 3 ਸਾਲ ਤੋਂ ਬਾਅਦ ਨੇ ਕਬਰਸਤਾਨ ਦੁਬਾਰਾ ਕਿ ਉਹਨਾਂ ਨੇ ਨਾਮ ਨਿਸ਼ਾਨ ਰਹਿਣ, ਕਿਉਂਕਿ ਕੁਝ ਐਸੀਆਂ ਸਾਰੇ ਕਬਰਾਂ ਆਈਆਂ ਜਿਹੜੀਆਂ ਮੁਕੰਮਲ ਤੌਰ 'ਤੇ ਖਤਮ ਹੋ ਚੁੱਕੀਆਂ, ਇਸ ਲਈ ਖਤਮ ਹੀ ਆ ਜੇ ਪਾਣੀ ਚੜਿਆ ਤਾਂ ਇਹ ਅਸਾਂ ਰਿਕੁਐਸਟ ਕਰਸਾਂ ਸਾਰੇ ਭੈਣ ਭਰਾ ਕੇ ਕਿ ਅੱਛਣ ਤਾਂ ਉਹ ਜਿਹੜੇ ਨਾ ਆਪਣੇ ਮਾਓ ਪਿਓ ਨੀ ਕਬਰੋਂ ਤੱਕਣ, ਜਿਹੜੇ ਇੱਥੇ ਆਏ ਉਹ ਵੀ ਅੱਛਣ, ਅਤੇ ਜਿਹੜੇ ਬਾਹਰ ਏ ਉਹਨਾਂ ਕਿਹਾ ਵੀ ਰਿਕੁਐਸਟ ਕਰਸਾਂ ਅੱਛੋ ਆਪਣੇ ਮਾਓ ਪਿਓ ਨੀ ਕਬਰਾਂ ਪਰ ਕਬਰਾਂ ਵੀ ਤੱਕੋ, ਨਾਲ ਹੀ ਨਾ ਕਬਰਾਂ ਕੇ ਦੁਬਾਰਾ ਰੀਨਿਊ ਕਰਾਓ। ਬਿਲਕੁਲ ਲੋ ਜੀ, ਇੱਧਰੋਂ ਨਿਕਲੀ ਰਹੋ ਅਸਾਂ ਅੱਗੇ ਜੁਲਿਆ, ਰਸਤੇ 'ਚ ਪਾਣੀ ਆ, ਮੋਟਰਸਾਈਕਲ ਖਲਤਾ ਉਹ ਉੱਪਰ, ਕਿਉਂਕਿ ਹੋਰ ਕੋਈ ਰਸਤਾ ਕੋਈ ਆ, ਅਸਾਂ ਕਿ ਇੱਥੇ ਗੁਜ਼ਰਨਾ ਪੈ ਸੀ, ਇੱਥੇ ਵੀ ਚੀਕਰ ਸੀ, ਇੱਥੇ ਵੀ ਪੈਰ ਖੁੱਭੀ ਗਏ ਨੇ, ਆਏ ਹਾਏ ਹਾਏ ਹਾਏ, ਚੀਕਰਾਂ ਵਿੱਚ ਪੈਰ ਖੁੱਭੀ ਗਏ। ਪਾਣੀ 'ਚੋਂ ਨਿਕਲਦੇ ਹਾਂ ਜੀ, ਹੁਣ ਅਸਾਂ ਉੱਪਰ ਚੜ੍ਹਨੇ ਹਾਂ, ਤਾਂ ਇੱਧਰ ਅਸਾਂ ਇੱਧਰ ਛੋਇਆ, ਇੱਧਰ ਅਸਾਂ ਤੱਕੋ ਹੈ, ਤਾਂ ਮੱਝਾਂ ਨਹਾਈ ਰਹੀਆਂ ਹਾਂ, ਤਾਂ ਮੱਝਾਂ ਵੀ ਪੂੜੀਆਂ ਡੁੱਬੀਆਂ ਵਾ ਅੰਦਰ, ਇਹ ਇੰਜੋਏ ਕਰੀ ਰਹੀਆਂ, ਜ਼ਹਿਰ ਆਪਣੇ ਆਪ ਕੀ ਠੱਡਾ ਵਗੈਰਾ ਕਰੀ ਰਹੀਆਂ ਹਾਂ। ਕਿਆ ਕੀਤਾ ਜਾਏ, ਅਸਾਂ ਵੀ ਜ਼ਰਾ ਘਾ ਜਾਣਾ ਜੀ, ਵੀਡੀਓ ਸ਼ੀਡੀਓ ਹੋਏਗੀ ਆ ਮੁਕੰਮਲ, ਤਾਂ ਰੋਜ਼ ਨਾਲ ਪਾਣੀ ਤਕਰੀਬਨ 304 ਫੁੱਟ ਉੱਪਰ ਚੜ੍ਹੀ ਰਿਹਾ, ਜਿਸ ਸਪੀਡ ਨਾਲ ਪਾਣੀ ਚੜ੍ਹੀ ਰਿਹਾ ਉੱਪਰ, ਤਾਂ ਜ਼ਰ ਆਪਣਾ ਇਸ ਜਿਹਾ ਲੈਵਲ ਹੈ ਜੀ, ਉਸ ਲੈਵਲ ਤੱਕ ਪਹੁੰਚੀ ਜਾ ਸੀ। ਅੱਜ ਅਸਾਂ ਇੱਥੇ ਆਏ ਸਾਂ, ਕੋਈ ਦਾਨੀ ਬਾਈ ਆ ਸਾਰੇ, ਉਹਨਾਂ ਦੀ ਰਿਕੁਐਸਟ ਆਈ ਸੀ ਕੋਈ ਕਬਰ ਇੱਥੇ ਉਹ ਚੈੱਕ ਕਰਾਇਆ, ਕਬਰ ਵਗੈਰਾ ਤੋਂ ਲੱਭੀ ਆ, ਉਹ ਕਬਰਸਤਾਨ ਹੈ ਸੀ ਜੀ, ਉਹ ਪਾਰ ਸੀ ਆ, ਜ਼ਹਿਰ ਉਹਨਾਂ ਪਾਣੀ 'ਚ ਆਈ ਗਿਆ, ਜਿੱਥੇ ਪਾਣੀ ਲਿਥਾ ਰਾਂ, ਉਸ ਵੇਲੇ ਅਸਾਂ ਕੋਸ਼ਿਸ਼ ਕਰਸਾਂ ਕਿ ਉਸ ਕਬਰੇ ਕੀ ਲੋੜਿਆ ਜਾਵੇ, ਔਰ ਸਾਰੀ ਜਿਹੜੀ ਰਿਕੁਐਸਟ ਹੈ ਜੀ ਉਸੀ ਮੁਕੰਮਲ ਕੀਤਾ ਜਾਵੇ। ਬਾਕੀ ਨਾਲ ਸੌਂ ਕਿ ਨਏ ਜਾਜ਼ਿਸ ਦੁਆਰਾ ਸਾਡੀ ਖਿਦਮਤ ਇਸ ਤਰ੍ਹਾਂ ਸਾਨੂੰ ਨਈ ਨਈ ਵੀਡੀਓ ਕਿੰਨਾ ਹਾਜ਼ਰ ਹੋਣੇ ਸਾਂ, ਤਦ ਤੱਕ ਦੱਸੋ ਇਜਾਜ਼ਤ, ਸੀ ਮਾਨ ਅੱਲਾ।